ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਜੀ ਸਾਰਿਆਂ ਦਾ ਚੈਨਲ ਤੇ ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਇਸ ਗੱਲ ਦੀ ਅਰਦਾਸ ਨਹੀਂ ਕਰਦਾ ਜੂਨ 1984 ਨੂੰ ਉਸ ਕੱਲੂ ਘਾਰੇ ਨੂੰ ਉਸ ਸਾਕੇ ਨੂੰ ਉਸ ਸਾਡੇ ਵੱਡੇ ਕਤਲੇਆਮ ਨੂੰ 40 ਸਾਲ ਹੋ ਚੁੱਕੇ ਆ ਹਰ ਗੁਰਸਿੱਖ ਦੇ ਦਿਲ ਵਿੱਚ ਉਹ ਯਾਦ ਉਸੇ ਤਰ੍ਹਾਂ ਉਹ ਜ਼ਖਮ ਉਸੇ ਤਰ੍ਹਾਂ ਤਾਜ਼ਾ ਆ ਜਿਹੜਾ ਕਿ ਹਮੇਸ਼ਾ ਕਿਹਾ ਗਿਆ ਭੁੱਲ ਜਾਓ ਭੁੱਲ ਜਾਓ ਬੜਾ ਜ਼ੋਰ ਲਗਾਇਆ ਗਿਆ ਕਿ ਸਿੱਖਾਂ ਦੇ ਦਿਲਾਂ ਚੋ ਇਹ ਗੱਲ ਭੁੱਲ ਜਾਵੇ ਕਿਸੇ ਤਰ੍ਹਾਂ ਕਿ ਤੁਹਾਡੇ ਨਾਲ ਅਸੀਂ ਕੀਤਾ ਕੀ ਸੀਗਾ ਪਰ ਇਹ ਗੱਲਾਂ ਭੁੱਲਣਯੋਗ ਨਾ ਬਖਸ਼ਣਯੋਗ ਨਾ ਭੁੱਲਣਯੋਗ ਹਨਾ ਨਾ ਮਾਫ ਕਰਨਯੋਗ ਹੁੰਦੀਆਂ ਇਹ ਵੀ ਉਸੇ ਤਰ੍ਹਾਂ ਦੀ ਘਟਨਾ ਸੀ ਕੱਲੂ ਘਰ ਆਇਆ ਸਾਡੇ ਸਾਨੂੰ ਮਾਰ ਮੁਕਾ ਕੇ ਖਤਮ ਕਰਨ ਦੀ ਕੋਸ਼ਿਸ਼ ਤੋਂ ਮੈਂ ਅੱਜ ਗੱਲ ਇਹ ਕਰਨੀ ਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਣਾ ਵਾਲੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ 20ਵੀਂ ਸਦੀ ਦੇ ਮਹਾਨ ਸਿੱਖ ਗਿਆਨੀ ਕਰਨੀ ਦੇ ਪੂਰੇ ਬਚਨਾਂ ਦੇ ਸੂਰੇ ਸੂਰਬੀਰ ਬਚਨ ਕੇ ਬਲੀ ਕਲਗੀਧਰ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦੇਣ ਵਾਲੇ ਅਸਲ ਤਤ ਖਾਲਸਾ ਜਿਹਨੂੰ ਖਾਲਸਾ ਮੇਰੋ ਰੂਪ ਹੈ ਖਾਸ kia ਪੂਰਨ ਬ੍ਰਹਮ ਗਿਆਨੀ ਮਹਾਪੁਰਖ ਪੂਰੇ ਸਿਪਾਹੀ ਸੰਤ ਸਿਪਾਹੀ ਦੀਜ਼ ਆਵਤ ਹੈ ਬਹੁਤ ਪਿਹਾਲਾ ਸਗਲ ਚਰਨ ਕੀ ਹੋ ਮੰਨਰਾਲਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿ ਕੋ ਇੱਕ ਇਸ ਤਰ੍ਹਾਂ ਦੀ ਵਿਵਸਥਾ ਦੀ ਗੱਲ ਕਰਦੇ ਆ ਜਿਹੜੀ ਬਾਬਾ ਜੀ ਤੇ ਟੁੱਕਦੀ ਆ ਕਹਿੰਦੇ ਦਸਣ ਵਿੱਚ ਬੜਾ ਡੇਂਜਰਸ ਲੱਗਦਾ ਆ ਖਾਲਸੇ ਤੇ ਗੱਲ ਟੁੱਕਦੀ ਆ ਕਿ ਉਹ ਇਸ ਤਰ੍ਹਾਂ ਦਾ ਗੁਰੂ ਸਾਹਿਬ ਜੀ ਨੇ ਬਣਾ ਦਿੱਤਾ ਦੇਖਣ 'ਚ ਕਹਿੰਦੇ ਦੇਖਣ ਵਾਲੇ ਨੂੰ ਖੌਫ ਹੁੰਦਾ ਇਹਦੇ ਕੋਲ ਕਿ ਉਹਦਾ ਜਾਹੋ ਜਲਾਲ ਚੱਲ ਨਹੀਂ ਸਕਦਾ ਪਰ ਅੰਦਰੋਂ ਕਹਿੰਦੇ ਨਿਮਰਤਾ ਵਿੱਚ ਵੀ ਇੰਨਾ ਆ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਵਿਚਰਦਾ ਆ ਭੈ ਕਾਹੋਂ ਕੋ ਦੇਤ ਨਾ ਨਹਿ ਪਹਿਮਾਨਤ ਆਨ ਕਿਸੇ ਨੂੰ ਡਰਾਉਣਾ ਨਹੀਂ ਕਿਸੇ ਤੋਂ ਡਰਨਾ ਨਹੀਂ ਤਾਂ ਉਹ ਸੰਤ ਜਰਨੈਲ ਸਿੰਘ ਜੀ ਜਿਨ੍ਹਾਂ ਦਾ ਅਕਸ ਸਰਕਾਰ ਨੇ ਵਿਰੋਧੀਆਂ ਨੇ ਸਮੇਂ-ਸਮੇਂ ਤੇ ਵਿਗਾੜਨ ਦੀ ਕੋਸ਼ਿਸ਼ ਕੀਤੀ ਝੂਠ ਕੁਫਰ ਲਿਖ ਲਿਖ ਕੇ ਉਹਨਾਂ ਬਾਰੇ ਢੇਰ ਕਿਤਾਬਾਂ ਛਾਪੀਆਂ ਕਿੰਨਾ ਕੋਜ ਲੈਕਚਰ ਦਿੱਤੇ ਗਏ ਸਪੀਚਾਂ ਕਿੱਥੇ ਕਿੱਥੇ ਬੋਲਿਆ ਗਿਆ ਪ੍ਰਚਾਰਿਆ ਗਿਆ ਅਖਬਾਰਾਂ ਵਿੱਚ ਟੈਲੀਵਿਜ਼ਨ ਤੇ ਕਿਤਾਬਾਂ ਦੇ ਵਿੱਚ ਰਸਾਲਿਆਂ ਵਿੱਚ ਪਤਾ ਨਹੀਂ ਕੀ ਕੀ ਪਰ ਉਹਨਾਂ ਦਾ ਅਕਸ ਦਿਨੋਂ ਦਿਨ ਚੜ੍ਹਦੀ ਕਲਾ ਹੁੰਦੀ ਗਈ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਅੱਜ ਸਿੱਖ ਬੈਠੇ ਆ ਉਹਨਾਂ ਦੀਆਂ ਟੀ-ਸ਼ਰਟਾਂ ਵਿਕਦੀਆਂ ਆ ਤਸਵੀਰਾਂ ਵਿਕਦੀਆਂ ਆ ਸਟਿੱਕਰਾਂ ਤੇ ਉਹ ਆ ਹਰ ਜਗ੍ਹਾ ਜਿੱਧਰ ਨਜ਼ਰ ਸਰਕਾਰ ਨੇ ਸਰਕਾਰ ਨੂੰ ਤਸਵੀਰ ਵੀ ਉਹਨਾਂ ਦੀ ਭਿੰਡਰਾਂ ਵਾਲੇ ਸੰਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਡਰਾਉਂਦੀ ਆ ਹੌਫ ਆਉਂਦਾ ਆ ਤੋ ਉਹਨਾਂ ਦੀ ਬੰਦਗੀ ਦਿਨੋਂ ਦਿਨ ਚੜ੍ਹਦੀ ਕਲਾ 'ਚ ਜਾ ਰਹੀ ਹੈ ਨਾ ਜਿਉਂ-ਜਿਉ ਸਮਾਗੇ ਵੱਧਦਾ ਉਹਨਾਂ ਦੀ ਸ਼ਖਸੀਅਤ ਹੋਰ ਉਗੜ ਕੇ ਸਾਹਮਣੇ ਆ ਰਹੀ ਆ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਸਕੀ ਸੰਤ ਜਨ ਇਸੇ ਅੱਜ ਵੀ ਹਰ ਸਾਲ ਹਰ 5 ਸਾਲ ਬਾਅਦਾਂ ਸ਼ਖਸੀਅਤ ਵੱਡੀ ਹੋ ਜਾਂਦੀ ਆ ਪਤਾ ਲੱਗ ਰੇ ਨਵੇਂ-ਨਵੇਂ ਪੱਖ ਤੋ ਪਰ ਦੋ ਤਰ੍ਹਾਂ ਦੇ ਬੰਦੇ ਆ ਸਾਡੇ ਵਰਗੇ ਨਜ਼ਰ ਆਉਣ ਵਾਲੇ ਵਿੱਚ ਵੀ ਨਾ ਸਿੱਖ ਘਾਉਣ ਵਾਲਿਆਂ ਵਿੱਚ ਵੀ ਦੋ ਤਰ੍ਹਾਂ ਦੇ ਆ ਇਹ ਨਹੀਂ ਕਿ ਸਾਰੇ ਸੰਤਾਂ ਨੂੰ ਉਜਦੇ ਹੀ ਆ ਸੰਤਾਂ ਦਾ ਸਹਿਮਤ ਹਸਤਕਾਰ ਹੀ ਕਰਦੇ ਆ ਨਹੀਂ ਇੱਕ ਉਹ ਲੋਕ ਸੀ ਇੱਕ ਜਿਹੜੇ ਡਰੇੜਾ ਸਚਾਈ ਤੇ ਜਿਨ੍ਹਾਂ ਨੂੰ ਸਚਾਈ ਦਾ ਪਤਾ ਆ ਉਹ ਅਸਲ ਤਸਵੀਰ ਸੰਤਾਂ ਦੀ ਜਾਣਦੇ ਆ ਉਹਨਾਂ ਦੇ ਜੀਵਨ ਨੂੰ ਇੱਕ ਉਹ ਆ ਜਿਹੜੇ ਆਪ ਤਾਂ ਗਲਤ ਨਹੀਂ ਸੀ ਜਿਹੜੇ ਵਿਚਾਰੇ ਉਸ ਪ੍ਰਚਾਰ ਦੀ ਮਾਰ ਵਿੱਚ ਆ ਗਏ ਉਹ ਹਨੇਰੀ ਚਲਾਈ ਗਈ ਜਿਹੜੀ ਸਰਕਾਰ ਵੱਲੋਂ ਉਹਦੀ ਮਾਰ ਵਿੱਚ ਆ ਗਏ ਤਾਂ ਇਹ ਕਹਿਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਸੰਤ ਜਰਨੈਲ ਸਿੰਘ ਜੀ ਉਹਨਾਂ ਦੇ ਕਰਕੇ ਇਹ ਨੁਕਸਾਨ ਹੋਇਆ ਕਿ ਕੀ ਲੋੜ ਸੀ ਸੰਤ ਜਰਨੈਲ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦੇ ਵਿੱਚ ਰਹਿਣ ਦੀ ਸੰਤ ਉੱਥੋਂ ਬਾਹਰ ਆ ਜਾਂਦਾ ਤਾਂ ਇਹ ਨੁਕਸਾਨ ਨਾ ਹੁੰਦਾ ਬਹੁਤਾ ਸਮਾਂ ਮੈਂ ਤੁਹਾਡਾ ਲੈਣਾ ਨਹੀਂਗਾ ਇੱਕ ਦੋ ਗੱਲਾਂ ਕਰਨੀਆਂ ਜਿਹਦਾ ਕਿਸੇ ਕੋਲ ਜਵਾਬ ਹੋਵੇ ਕਮੈਂਟ ਕਰਕੇ ਮੈਨੂੰ ਦੇ ਦੇ ਜਾਂ ਮੈਨੂੰ ਕਾਲ ਕਰਕੇ ਜਵਾਬ ਦੇ ਦੇ ਕਿਸੇ ਤਰ੍ਹਾਂ ਵੀ ਦੇ ਦੇ ਤੇ ਅਸੀਂ ਵੀ ਮੰਨ ਲਾਂਗੇ ਕਿ ਸਾਰਾ ਨੁਕਸਾਨ ਸੰਤ ਜਰਨੈਲ ਸਿੰਘ ਦੇ ਜ਼ਿੰਮੇਵਾਰ ਸੀਗੇ ਇੱਕੋ ਗੱਲ ਦੱਸ ਦਿਓ ਚਲੋ ਸੰਤ ਜਰਨੈਲ ਸਿੰਘ ਜੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਅੰਦਰ ਸੀਗੇ ਬੈਠੇ ਮੰਨ ਲਿਆ ਚਲੋ ਕੰਪਲੈਕਸ ਦੇ ਅੰਦਰ ਸੀਗੇ ਉਹ ਸੰਤ ਜਗ੍ਹਾ ਬਦਲਦੇ ਰਹਿੰਦੇ ਸੀ ਕਦੀ ਗੁਰੂ ਰਾਮਦਾਸ ਰਾਂ ਦੇ ਉੱਥੇ ਬੈਠਦੇ ਸੀਗੇ ਜ਼ਿਆਦਾਤਰ ਤੇ ਉਹ ਹੋਰ ਦੋ ਤਿੰਨ ਮਤਲਬ ਕਿ ਹਨ ਲੰਗਰ ਦੀ ਛੱਤ ਤੇ ਜ਼ਿਆਦਾਤਰ ਬੈਠਦੇ ਸੀ ਉਹ ਅਖੀਰ ਬਿਲਕੁਲ ਆ ਕੇ ਉਹਨਾਂ ਨੇ ਫਿਰ ਅਕਾਲ ਤਖਤ ਸਾਹਿਬ ਦੇ ਅੰਦਰ ਆ ਗਏ ਸੀਗੇ ਉਹ ਬਿਲਕੁਲ ਤੇ ਪਰ ਇਹ ਦੱਸੋ ਸੰਤ ਤਾਂ ਇੱਕੋ ਜਗ੍ਹਾ ਤੇ ਮੌਜੂਦ ਹੈ ਨਾ ਬੈਠੇ ਹੋਏ ਅਕਾਲ ਤਖਤ ਸਾਹਿਬ ਚ ਪੰਜਾਬ ਦੇ ਅੰਦਰ ਦਰਬਾਰ ਸਾਹਿਬ ਪਹਿਲੀ ਤਾਂ ਗੱਲ ਇਹ ਆ ਕਿ 37 ਹੋਰ ਗੁਰਦੁਆਰੇ ਪੰਜਾਬ ਤੋਂ ਬਾਹਰ ਦੇ ਜਿਹਦੇ ਵਿੱਚ ਸਥਾਨ ਵੀ ਪੌਂਟਾ ਸਾਹਿਬ ਵਰਗੇ ਫਤਿਹਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਰਗੇ ਜਿੰਨੇ ਵੱਡੇ ਸਥਾਨ ਸਭ ਥਾਂ ਤੇ ਫੌਜ ਸਗੀ ਲੱਗੀ ਸਭ ਥਾਂ ਤੇ ਨੁਕਸਾਨ ਹੋਇਆ ਆ ਜੀ ਗੋਲੀ ਚੱਲੀ ਆ ਸ਼ਹਾਦਤਾਂ ਵੀ ਹੋਈਆਂ ਕਿਤੇ ਕਿਤੇ ਇਹ ਦੱਸੋ ਵੀ ਉਹਨਾਂ ਗੁਰਦੁਆਰਿਆਂ ਨੂੰ ਵੀ ਘੇਰੇ ਪਾਏ ਗਏ ਉੱਥੇ ਕਿਹੜੇ ਸੰਤ ਜਰਨੈਲ ਸਿੰਘ ਬੈਠੇ ਸੀਗੇ ਪੌਂਟਾ ਸਾਹਿਬ ਮੰਨ ਲਓ ਉੱਥੇ ਕਿਹੜਾ ਸੰਤ ਜਰਨੈਲ ਸਿੰਘ ਬੈਠਾ ਸੀਗਾ ਉਸ ਵੇਲੇ ਉਹ ਇਹਦਾ ਜਵਾਬ ਦੇ ਦੇਣ ਕਿ ਸੰਤ ਜੇ ਕਹੋ ਕਿ ਜ਼ਿੰਮੇਵਾਰ ਆ ਮੰਨ ਲਓ ਸੰਤ ਤੁਸੀਂ ਕਹਦਾ ਚਲੋ ਮੰਨ ਲਓ ਸੰਤ ਅਕਾਲ ਤਖਤ ਸਾਹਿਬ ਦੇ ਜ਼ਿੰਮੇਵਾਰ ਮੰਨ ਲਓ ਇੱਕ ਮਿੰਟ ਤੁਹਾਡੀ ਗੱਲ ਮੰਨ ਲਓ ਕੇ ਸੰਤ ਉੱਥੇ ਬੈਠੇ ਸੀ ਸੰਤ ਪੌਂਟਾ ਸਾਹਿਬ ਤਾਂ ਨਹੀਂ ਬੈਠੇ ਸੀ ਸੰਤ ਅਨੰਦਪੁਰ ਸਾਹਿਬ ਤਾਂ ਨਹੀਂ ਵੜ ਕੇ ਬੈਠੇ ਸੀਗੇ ਸੰਤ ਹੋਰ ਉਹਨਾਂ 37 ਗੁਰਦੁਆਰੇ 1 2 3 4 ਨਹੀਂ 37 ਇਤਿਹਾਸਕ ਸਥਾਨ ਦੇ ਨਾਲ ਚ ਤਕਰੀਬਨ ਪੰਜਾਬ ਤੋਂ ਵੀ ਬਾਹਰ ਆ ਜਿਹੜੇ ਉੱਥੇ ਤਾਂ ਨਹੀਂ ਸੰਤ ਜੀ ਮਹਾਰਾਜ ਬੈਠੇ ਇੱਥੋਂ ਸਿੱਧਾ-ਸਿੱਧਾ ਇਹ ਨਹੀਂ ਹੋ ਜਾਂਦਾ ਇਸ ਗੱਲ ਦਾ ਪਰਦਾ ਫਾਸ਼ ਨਹੀਂ ਹੋ ਜਾਂਦਾ ਕਿ ਨੁਕਸਾਨ ਕਰਨ ਦੀ ਕੋਸ਼ਿਸ਼ ਸੀ ਇੱਕ ਬਹਾਨਾ ਬਣਾ ਕੇ ਸਿੱਧਾ ਨੁਕਸਾਨ ਕਰਨ ਦੀ ਕੋਸ਼ਿਸ਼ ਸੀਗੀ ਠੀਕ ਹੈ ਨਾ ਤੇ ਨਾਲੇ ਸੰਤ ਜੀ ਦੇ ਨਾਲ ਹੀ ਤਾਂ ਇਹ ਲੀਡਰ ਸੀਗੇ ਜਦੋਂ ਸੰਤਾਂ ਨੇ ਅਰਦਾਸਾ ਕੀਤਾ ਉਹ ਸਾਰੇ ਮੁੜ ਕੇ ਪਿੱਛੇ हट ਗਏ ਚਲੋ ਵੱਖਰੀ ਗੱਲ ਉਹਨਾਂ ਕੋਸ਼ਿਸ਼ ਕੀਤੀ ਸੰਤ ਜੀ ਵੀ ਵਿਕ ਜਾਣ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਇਹ ਮਰਦ ਯੋਧਾ ਆ ਇਹਨੇ ਡਟਿਆ ਰਹਿਣਾ ਬਚਨਾ ਤੇ ਇਹ ਮਰ ਮਿਟਣ ਵਾਲਿਆਂ ਚੋਂ ਆ ਉਦੋਂ ਤੱਕ ਉਹਨਾਂ ਨੂੰ ਵੀ ਨਹੀਂ ਪਤਾ ਸੀ ਜਦੋਂ ਅਰਦਾਸ ਹੋਈ ਹੌਲੀ ਹੌਲੀ ਪਿੱਛੇ हटਦੇ ਗਏ ਉਹ ਪਤਾ ਲੱਗਾ ਵੀ ਇਹ ਤਾਂ ਖੜਨੇ ਵਾਲੇ ਆ ਫਿਰ ਸੰਤਾਂ ਨੂੰ ਤਾਂ ਪਤਾ ਸੀਗਾ ਕਿ ਇਹ ਬੇਅਦਵੀ ਕਰਨਗੇ ਉਹ ਦੂਰਦਰਸ਼ੀ ਸੀਗੇ ਸੰਤ ਉਹ ਅੰਦਰ ਅੰਦਰੋਂ ਜਾਣਨ ਵਾਲੇ ਸੀਗੇ ਅੰਤਰਜਾਮੀ ਸਾਧੂ ਸੀਗੇ ਉਹ ਬੰਦਗੀ ਵਾਲੇ ਉਹ ਕਈ ਚਿਰਾਂ ਤੋਂ ਕਹਿ ਰਹੇ ਸੀਗੇ ਸੰਤ ਜੀ ਕਿ ਇਹ ਹਮਲਾ ਕਰਨਗੇ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਸੀ ਸੰਤਾਂ ਨੇ ਬਹੁਤ ਪਹਿਲਾਂ ਤੁਸੀਂ ਇਤਿਹਾਸ ਪੜੋ ਬੰਦੇ ਵੀ ਅੱਜ ਹੈਗੇ ਆ ਨਾਲ ਦੇ ਦੱਸਦੇ ਆ ਨਾ ਚਕਸਾਲ ਸਿੰਘ ਸਾਰੇ ਮੌਜੂਦ ਆ ਉਹ ਕਹਿੰਦੇ ਕਿ ਸੀਨੀਅਰ ਬੰਦੇ ਦੱਸਦੇ ਕਿ ਸੰਤ ਅਕਸਰ ਇਹ ਕਹਿਣ ਲੱਗ ਪੈ ਸੀਗੇ ਕਿ ਇਹ ਹਮਲਾ ਕਰਨਗੇ ਦਰਬਾਰ ਸਾਹਿਬ ਤੇ ਆਪਾਂ ਉਹਦੀ ਰੱਖਿਆ ਕਰਨੀ ਹੈ ਇਹ ਹਮਲਾ ਕਰਨਗੇ ਉਹਨਾਂ ਨੇ ਇਹਨਾਂ ਨੂੰ ਬਹਾਨਾ ਬਣਾਇਆ ਸਿਰਫ ਦੂਸਰੀ ਗੱਲ ਦੱਸ ਦਿੰਨੇ ਚਲੋ ਇੱਥੇ ਆ ਜਾਓ ਕੰਪਲੈਕਸ ਦੇ ਅੰਦਰ ਸੰਤ ਜੀ ਮਹਾਰਾਜ ਅਕਾਲ ਤਖਤ ਸਾਹਿਬ ਦੇ ਅੰਦਰ ਬੈਠੇ ਸੀਗੇ ਹੁਣ ਇਹ ਦੱਸੋ ਕਿ ਸੰਤ ਦਰਬਾਰ ਸਾਹਿਬ ਦੇ ਅੰਦਰ ਵੀ ਬੈਠੇ ਸੀਗੇ ਜਿੱਥੇ ਕੀਰਤਨ ਹੁੰਦਾ ਮਹਾਰਾਜ ਦਾ ਪ੍ਰਕਾਸ਼ ਆ ਉੱਥੇ ਵੀ ਸੰਤ ਜਨੈਲ ਸਿੰਘ ਜੀ ਲੋਕੇ ਬੈਠੇ ਸੀ ਅੱਜ ਤੱਕ ਮਹਾਰਾਜ ਦੇ ਸਰੂਪ ਕਾਇਮ ਆ ਸੰਗਤ ਨੂੰ ਦਰਸ਼ਨ ਕਰਾਇਆ ਜਾਂਦਾ ਚ ਗੋਲੀ ਲੰਗੀ ਆ ਉੱਥੇ ਕਿਹੜੇ ਸੰਤ ਜਨੈਲ ਸਿੰਘ ਬੈਠੇ ਕੀ ਉੱਥੇ ਤਾਬਿਆਂ ਚ ਸੰਤ ਜਨੈਲ ਸਿੰਘ ਬੈਠੇ ਸੀ ਉਸਲੇ ਭਾਈ ਨਿਰਮਲ ਸਿੰਘ ਪਿਛਲੇ ਸਮੇਂ ਤੇ ਚਲੋ ਸੱਚਖੰਡ ਪਿਆਨਾ ਕਰ ਗਏ ਨਾ ਮਹਾਨ ਉਸਤਾਦ ਕੀਰਤਨੀਏ ਕੌਮ ਦੇ ਉਹ ਕਹਿੰਦੇ ਉੱਥੇ ਕੀਰਤਨ ਪਤਾ ਨਹੀਂ ਲੰਬਾ ਸਮਾਂ ਸ਼ਾਇਦ 11 ਘੰਟੇ 9 ਘੰਟੇ ਇਦਾਂ ਕੁਛ ਲੰਬਾ ਸਮਾਂ ਕੀਰਤਨ ਦੀ ਡਿਊਟੀ ਕਰਦੇ ਰਿਹਾ ਕੋਈ ਰਾਗੀ ਸਿੰਘ ਆ ਨਹੀਂ ਸਕਿਆ ਹੋਰ ਗੋਲੀ ਚੱਲਦੀ ਕਰਨ ਕਰਕੇ ਉਹ ਮਰਜ਼ਾ ਨਹੀਂ ਟੁੱਟਣ ਦਿੱਤੀ ਉਸ ਗੁਰੂ ਕੇ ਲਾਲ ਨੇ ਉੱਥੇ ਵੀ ਗੋਲੀਆਂ ਦੀ ਬਾਛੜ ਕਹਿੰਦੇ ਅੰਦਰ ਤੱਕ ਆਈ ਇੱਕ ਰਾਗੀ ਸਿੰਘ ਜਿਹੜੇ ਉਹ ਹਰਮੋਨੀਅਮ ਤੇ ਹੀ ਉੱਥੇ ਡਿੱਗ ਪਏ ਸੀ ਉੱਥੇ ਸ਼ਹੀਦ ਹੋ ਗਏ ਉੱਥੇ ਕਿਹੜੇ ਸੰਤ ਜਨੈਲ ਸਿੰਘ ਜੀ ਬੈਠੇ ਸੀ ਗੁਰੂ ਮਹਾਰਾਜ ਦੇ ਸਰੂਪ ਵਿੱਚ ਦੀ ਗੋਲੀ ਲੰਗੀ ਉੱਥੇ ਕਿਹੜੇ ਸੰਤ ਜਨੈਲ ਸਿੰਘ ਜੀ ਇਮਾਰਤ ਦੇ ਵਿੱਚ ਗੋਲੀਆਂ ਲੱਗੀਆਂ ਦਰਬਾਰ ਸਾਹਿਬਾ ਜਿੱਥੇ ਸੋਨਾ ਲ ਉੱਧਰ ਤਾਂ ਸੰਤ ਜਨੈਲ ਸਿੰਘ ਜੀ ਸੀਗੇ ਨਹੀਂ ਉੱਧਰ ਨੂੰ ਗੋਲੀਆਂ ਫਿੱਕਾ ਤੋਂ ਖੋਲਦੀਆਂ ਫਾਇਰ ਚਲੋ ਅਕਾਲ ਤਖਸ ਉਹਨੇ ਮੰਨ ਲਓ ਕਿ ਉੱਥੇ ਸੰਤ ਬੈਠੇ ਸੀਗੇ ਸਾਰੇ ਇਮਾਰਤ ਦੇ ਕੰਪਲੈਕਸ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਅੱਜ ਤੱਕ ਪਏ ਆ ਇੰਨੀ ਜਗ੍ਹਾ ਤੇ ਸੰਤ ਜਨੈਲ ਸਿੰਘ ਬੈਠੇ ਸੀਗੇ ਇਹ ਬੇਅਕਲੀ ਦੀਆਂ ਗੱਲਾਂ ਆ ਚਿੱਟੀ-ਕਿੱਟੀ ਦਾੜੀ ਵਾਲੇ ਵੀ ਕਈ ਬੁੱਢੇ ਕਾਮਰੇਡ ਜੇ ਉਹ ਰੋਲਾ ਪਾਈ ਜਾਂਦੇ ਆ ਮੈਂ ਦੇਖਦਾ ਥਾਂ-ਥਾਂ ਤੇ ਨੌਜਵਾਨ ਵੀ ਕਈ ਮੂਰਖ ਉਹਨਾਂ ਪਿੱਛੇ ਲੱਗਿਓ ਅੰਨੇ ਉਹਨਾਂ ਕੋਲ ਜਵਾਬ ਹੈ ਕਿਸੇ ਕੋਲ ਇਸ ਗੱਲ ਦਾ ਕਿ ਸੰਤ ਜਨੈਲ ਸਿੰਘ ਇੱਕ ਬੰਦਾ ਦਾ ਇੱਕ ਥਾਂ ਤੇ ਹੋ ਸਕਦਾ ਇੰਨੀ ਜਗ੍ਹਾ ਤੇ ਸੀ ਬੈ ਤੋ ਇਹਨੀ ਅਕਲ ਨੂੰ ਹੱਥ ਮਾਰਨ ਦੀ ਲੋੜ ਆ ਅਕਲ ਦੀ ਦਵਾਈ ਜੇ ਨੂੰ ਕਹਿੰਦੇ ਹੁੰਦੇ ਖਾਓ ਉਹਦੇ ਮੂੰਹ ਚੱਕੀ ਹੈ ਨਾ ਇਹਨਾਂ ਗੱਲਾਂ ਦਾ ਕੋਈ ਇੱਕ ਜਵਾਬ ਦੇਦਾ ਹੈ ਬੰਦਾ ਤਾਂ ਫੇਰ ਅਸੀਂ ਵੀ ਮੰਨ ਲਈਏ ਕਿ ਸੰਤੇ ਸਭ ਕੁਝ ਦੀ ਜ਼ਿੰਮੇਵਾਰ ਆ ਠੀਕ ਆ ਨਾ ਸੰਤ ਜਰਨੈਲ ਸਿੰਘ ਜੀ ਜਿੱਲੇ ਸ਼ਹੀਦ ਹੋ ਗਏ ਉਸ ਤੋਂ ਬਾਅਦ ਕੀ ਕੋਈ ਬੰਦਾ ਨਹੀਂ ਸ਼ਹੀਦ ਹੋਇਆ ਉਸ ਤੋਂ ਬਾਅਦ ਸਰਕਾਰ ਬਿਲਕੁਲ ਸਿੱਧੀ ਹੋ ਗਈ ਚੁੱਪ ਕਰਕੇ ਬੈਠ ਗਈ ਉਸ ਤੋਂ ਬਾਅਦ ਤਾਂ ਸਰਕਾਰ ਨੇ ਪੂਰੀ ਤਰ੍ਹਾਂ ਲੰਗੀ ਹੋ ਗਈ ਸਰਕਾਰ ਨੇ ਪੂਰੇ ਪੰਜਾਬ ਦੇ ਘਰ ਖਾਲੀ ਕਰਕੇ ਰੱਖ ਦਿੱਤੇ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਵਿੱਚ ਵੀ ਉੱਥੇ ਕਿ ਸੰਤ ਬੈਠੇ ਸਗੇ ਦੱਸੋ ਘਰ ਘਰ ਦੇ ਵਿੱਚ ਇਥੋਂ ਨਹੀਂ ਨਚਰ ਹੋ ਜਾਂਦਾ ਕਿ ਸਰਕਾਰ ਪੂਰੀ ਕਾਮ ਨੂੰ ਖਤਮ ਕਰਨਾ ਚਾਹੁੰਦੀ ਸੀ ਗਵਰਨਮੈਂਟ ਅੱਜ ਹਟ ਗਈ ਕੀ ਗਵਰਨਮੈਂਟ ਅੱਜ ਜਿਹੜੇ ਜੇਲਾਂ ਚ ਬੈਠੇ ਉੱਥੇ ਸੰਤਨ ਮਹਿੰਦ ਸਿੰਘ ਬਿਠੇ ਉਹਨਾਂ ਸਰਕਾਰ ਕੀ ਪਹਿਲਾਂ ਨਹੀਂ ਸੰਤਾ ਤੋਂ ਪਹਿਲਾਂ ਨਹੀਂ ਸਿੱਖਾਂ ਨਾਲ ਧੱਕਾ ਕਰਦੀ ਸੀ ਜਾਂ ਉਸ ਵੇਲੇ ਨਹੀਂ ਕਰਦੀ ਜਾਂ ਬਾਅਦ ਵਿੱਚ ਕਰਨੋਂ ਹਟ ਗਈ ਆ ਸਰਕਾਰ ਦੀ ਚਾਲੀ ਬਦਲੀ ਆ ਇੱਕ ਪੱਲੇ ਵੀ ਦੱਸੋ ਸੋ ਉਸ ਪ੍ਰਚਾਰ ਦੀ ਮਾਰ ਵਿੱਚ ਘੱਟ ਅਕਲ ਵਾਲੇ ਲੋਕ ਆਏ ਉਹਨਾਂ ਨੇ ਚੁੱਪ ਕਰਕੇ ਬਿਨਾਂ ਕੋਈ ਸੋਚੇ ਸਮਝੇ ਸਰਕਾਰ ਦੀ ਸੁਰ ਵਿੱਚ ਬੋਲਣਾ ਸ਼ੁਰੂ ਕਰਤਾ ਜੀ ਇਹ ਸ਼ਾਂਤਾਂ ਦੀ ਵਜ੍ਹਾ ਨਾਲ ਸਾਰਾ ਕੁਝ ਹੋਇਆ ਐਨਾ ਕੁਝ ਨਹੀਂ ਹੋਣਾ ਸੀ ਇਹ ਉਹ ਨਹੀਂ ਨਹੀਂ ਇਹ ਸਾਰੀਆਂ ਸੋਚੀਆਂ ਸਮਝੀਆਂ ਚਾਲਾਂ ਸੀ ਬਦਨਾਮ ਕਰਨ ਦੀਆਂ ਅਕਸ ਖਰਾਬ ਕਰਨ ਦੀਆਂ ਕਰ ਤਾਂ ਨਹੀਂ ਸਕੇ ਪਰ ਕੁਝ ਲੋਗ ਗਮਰਾਜ਼ ਜ਼ਰੂਰ ਹੋ ਗਏ ਸਾਡੇ ਲੋਕ ਉਹਨਾਂ ਦਾ ਦੁੱਖ ਆ ਕੇ ਯਾਰ ਬਾਣਾ ਪਾ ਕੇ ਆਪਣੇ ਹੋ ਕੇ ਆਪਣੇ ਦੇ ਖਿਲਾਫ ਮਤਲਬ ਭੁੱਤਣ ਲੱਗ ਪਏ ਉਹਨਾਂ ਦਾ ਦੁੱਖ ਤੇ ਪਰ ਸ਼ਾਂਤਾਂ ਦਾ ਅਕਸ ਨੂੰ ਕੋਈ ਵਿਗਾੜ ਨਹੀਂ ਸਕਦਾ ਉਹ ਦਿਨੋਂ ਦਿਨ ਚੜ੍ਹਦੀ ਕਲਾ ਜੀ ਜਾਣਾ ਦਰਬਾਰ ਸਭ ਦਾ ਮਾਡਲ ਬਣ ਕੇ ਕਹਿਆ ਜਾਂਦਾ ਨਾ ਕਿ ਪਹਾੜੀਆਂ ਵਿੱਚ ਇੱਧਰ ਸ਼ਾਇਦ ਦੇਰਾਦੂੰ ਦੀ ਸਾਈਡ ਉਹ ਕਿੰਨੀ ਪਹਿਲਾਂ ਉਹ ਗੱਲ ਨਸ਼ਰ ਹੋ ਗਈ ਸੀ ਕਿ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਤਿਆਰੀ ਕੀਤੀ ਜਾ ਰਹੀ ਸੀ ਬਾਕਾਇਦਾ ਦਰਬਾਰ ਸਾਹਿਬ ਨੂੰ ਤੈਸਨਸ ਕਰਨ ਦੇ ਤਿਆਰੀਆਂ ਪਹਿਲਾਂ ਹੋ ਚੁੱਕੀਆਂ ਸਨ ਜਿੱਥੇ ਸਾਰਾ ਕੋਈ ਪਹਿਲੇ ਤੈਕੀਤਾ ਸੀ ਉਹਨਾਂ ਨੇ ਕਿ ਗੁਰੂ ਸਾਹਿਬ ਦੇ ਵੀ ਗੋਲੀਆਂ ਮਾਰਾਂਗੇ ਅਕਾਲ ਤਖ਼ਤ ਸਾਹਿਬ ਵੀ ਢਾਹਟੇਰੀ ਕਰਾਂਗੇ ਤੇ ਵੱਧ ਤੋਂ ਵੱਧ ਨੁਕਸਾਨ ਕਰਾਂਗੇ ਜੇ ਸਰਕਾਰ ਵਾਕਈ ਸੱਚੀ ਹੁੰਦੀ ਕਿ ਚਲੋ ਮੰਨ ਲਓ ਕਿ ਤੁਹਾਡੇ ਲਈ ਸੰਤ ਤੁਹਾਡੇ ਦੁਸ਼ਮਣਾਂ ਇੱਕ ਗਵਰਨਮੈਂਟ ਏਦਾਂ ਦੇ ਮਾਮਲੇ ਵਿੱਚ ਪਤਾ ਕੀ ਬਣਦਾ ਹੁੰਦਾ ਕਾਨੂੰਨ ਜਾਂ ਸਭ ਤੋਂ ਪਹਿਲਾਂ ਜਿੱਥੇ ਵੀ ਆਪਰੇਸ਼ਨ ਇਸ ਤਰ੍ਹਾਂ ਦੇ ਕੀਤੇ ਜਾਂਦੇ ਆ ਕਿਸੇ ਨੂੰ ਪੁੱਛ ਲਓ ਵੱਡੇ ਤੋਂ ਵੱਡੇ ਅਫਸਰਾਂ ਨੂੰ ਫੌਜੀ ਹਰ ਪਿੰਡ ਵਿੱਚ ਸਾਨੂੰ ਮਿਲ ਜਾਂਦੇ ਬਜ਼ੁਰਗ ਜਿਹੜੇ ਜਿਨ੍ਹਾਂ ਨੇ ਫੌਜ ਦੀਆਂ ਨਾ ਸੇਵਾਵਾਂ ਕੀਤੀਆਂ ਆ ਜਾਂ ਫੌਜ ਵਿੱਚ ਕਰਦੇ ਆ ਨੌਕਰੀ ਜਾਂ ਮੁੰਡੇ ਉਹਨਾਂ ਨੂੰ ਪੁੱਛੋ ਫੌਜ ਦੇ ਕਾਨੂੰਨ ਕੀ ਹੁੰਦੇ ਆ ਜਿੱਥੇ ਵੀ ਕਿਤੇ ਆਪਰੇਸ਼ਨ ਕਰਨਾ ਹੁੰਦਾ ਪਹਿਲਾਂ ਸਭ ਤੋਂ ਜਿਹੜੇ ਬੇਗੁਨਾਹ ਲੋਕ ਆ ਉਹਨਾਂ ਨੂੰ ਇੱਕ ਇੱਕ ਬੰਦੇ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਣਾ ਹੁੰਦਾ ਆ ਠੀਕ ਆ ਉੱਥੇ ਤਾਂ ਇਹਨਾਂ ਨੇ ਕਰਫਿਊ ਲਾ ਕੇ ਜਿੰਨੀ ਸੰਗਤ ਆਈ ਸੀ ਮਹਾਰਾਜਾ ਦੀ ਸ਼ਹੀਦੀ ਦਿਵਸ ਮਨਾਉਣ ਲਈ ਉਹ ਸਾਰੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਅੰਦਰ ਕੈਦ ਕਰ ਲਿਆ ਉਹ ਦਿਨ ਕਿਉਂ ਚੁਣਿਆ ਗਿਆ ਸੰਤ ਮਹਾਰਾਜ ਦੀ ਸ਼ਹੀਦੀ ਵਾਲਾ ਉਹ ਹਫਤਾ ਕਿਉਂ ਚੁਣਿਆ ਗਿਆ ਕਿਉਂਕਿ ਜਿੰਨੀ ਵੱਧ ਤੋਂ ਵੱਧ ਲੋਕ ਕਹਿੰਦੇ ਸੀ ਸਿੱਖ ਮਾਰ ਦੇ ਹਟ ਹੋਣਗੇ ਉਹਨਾਂ ਨੂੰ ਮਾਰਿਆ ਜਾਊਗਾ ਉਹ ਬੱਚੇ ਬੀਬੀਆਂ ਕਿਹੜੀ ਉਮਰ ਦਾ ਉੱਥੇ ਸਿੱਖਾਂ ਦਾ ਕਤਲੇਆਮ ਨਹੀਂ ਕੀਤਾ ਗਿਆ ਜਿਨ੍ਹਾਂ ਨੇ ਹਜੇ ਜਨਮ ਲੈਣਾ ਸੀ ਉਹਨਾਂ ਨੂੰ ਵੀ ਕਤਲ ਕਰ ਦਿੱਤਾ ਗਿਆ ਉੱਥੇ ਜਿਹੜੇ ਸੰਸਾਰ ਵਿੱਚ ਨਹੀਂ ਆਏ ਸੀ ਆਪਣੀ ਮਾਵਾ ਦੀ ਕੁੱਖ ਵਿੱਚ ਹੀ ਸੀਗੇ ਉੱਥੇ ਵੀ ਸੰਤ ਜਨਾਲ ਸਿੰਘ ਬੈਠੇ ਸੀ ਉਹਨਾਂ ਨਾਲ ਇਹਦਾ ਜਵਾਬ ਕੋਈ ਕਾਮਰੇਡ ਬੁੜਬੁਕ ਕੋਈ ਬੁੱਚੜ ਸਾਨੂੰ ਦੇ ਦੇਵੇ ਇਅਸੀਂ ਵੀ ਮੰਨ ਲਈਏ ਤੁਹਾਡੀ ਗੱਲ ਨੂੰ ਹਨਾ ਪਰ ਜਿਹੜੇ ਟੁਕੜਿਆਂ ਤੇ ਪਣ ਲਾਪਣ ਜਿਹਨਾਂ ਨੂੰ ਜੁੱਤਿਆਂ ਦੇ ਤਲੇ ਚੱਟਣ ਦੀ ਹੱਤ ਪੈ ਜਾਏ ਉਹ ਫੇ ਹਟ ਨਹੀਂ ਸਕਦੇ ਹੁੰਦੇ ਉਹ ਵੀ ਆਪਣਾ ਖਾ ਕੇ ਉਸੇ ਥਾਲੀ 'ਚ ਹੀ ਮੋਰਾ ਕਰਦੇ ਹੁੰਦੇ ਆ ਠੀਕ ਆ ਬਹੁਤੇ ਸਾਡੇ ਵਿੱਚ ਇਦਾਂ ਦੇ ਹੋ ਗਏ ਅੱਜ ਕਾਮਰੇਡ ਜੇ ਉਹਦੇ ਫੁੱਫੜ ਹੈ ਦੇ Karl Marx ਦੇ ਖਾਣਾ ਇੱਥੋਂ ਦਾ ਅੰਨ ਪੰਜਾਬ ਦਾ ਗੁਰੂ ਕੀ ਧਰਤੀ ਦਾ ਤਾਂ ਬੋਲੀ ਬੋਲਣੀ Karl Marx ਦੀ ਕੀ ਤੁਹਾਨੂੰ Marx ਨੇ ਦਿੱਤਾ ਇਹਨਾਂ ਦੇ ਕਿਸੇ ਦਿਨ ਵਕਰੀ ਵੀਡੀਓ ਬਣਾ ਕੇ ਜੁੱਤੀਆਂ ਮਾਰਾਂਗੇ ਇਸ ਤਰ੍ਹਾਂ ਦੇ ਹਰ ਪਿੰਡ ਪਿੰਡ 'ਚ ਭਰੇ ਪਏ ਆ ਠੀਕ ਆ ਨਾ ਤੋ ਬਲਕੌਰ ਬਲਕੌਰ ਸੰਵਰਗੇ ਜਿਹਦੇ ਸਾਡੇ ਬੰਦੇ ਹਰ ਇੱਕ ਜਾ ਕੇ ਉਹਦੇ ਮੈਕ ਹੁਣ ਮੈਂ ਕੀ ਕਮਾਂ ਦੇ ਦਿੰਦੇ ਆ ਕੀ ਉਹਦੀ ਕੀ ਨਹੀਂ ਦੇਣਾ ਉਹਦੀ ਬੰਦਾ ਸਿਰੋਂ ਫਿਰਿਆ ਹੋਇਆ ਏ ਉਹ ਬੰਦੇ ਆ ਜਿਨ੍ਹਾਂ ਨੂੰ ਇਹਨਾਂ ਦੀਆਂ ਨੋਹਾਂ ਘਰੇ ਜਿਨ੍ਹਾਂ ਨੂੰ ਜੁੱਤੀਆਂ ਮਾਰ ਕੇ ਤੂੜੀ ਵਾਲੇ ਕਮਰੇ ਚ ਕਰ ਦਿੰਦੀਆਂ ਨਾ ਬਲਕੌਰ ਸੰਵਰਗਿਆਂ ਨੂੰ ਧੋਤੀ ਲਾ ਕੇ ਉਹ ਫਿਰ ਹਰ ਥਾਂ ਭੌਂਕਦੇ ਫਿਰਦੇ ਆ ਗੁਰੂ ਸਾਹਿਬਾਂ ਦੇ ਖਿਲਾਫ ਸਿੱਖ ਕੌਮ ਦੇ ਖਿਲਾਫ ਮਹਾਰਾਜ ਨੂੰ ਇੰਨਾ ਈਜ਼ੀ ਲੈਂਦੇ ਉੱਤੇ ਬੱਕਰੀ ਵੀਡੀਓ ਕਰੂੰਗਾ ਬਸ ਗੁੱਸਾ ਬਹੁਤ ਉਸ ਬੰਦੇ ਤੇ ਉਹਨਾਂ ਦੇ ਵੀ ਜੁੱਤੀਆਂ ਮਾਰਾਂਗਾ ਜਿਹੜੇ ਮਾਈਕ ਲੈ ਕੇ ਆਪਣੇ ਚੰਦ ਵੀਊ ਲੈਣ ਲਈ ਉਹਨੂੰ ਉਹਦੀ ਧੋਤੀ ਚ ਮੈਕ ਦੇ ਦਿੰਦੇ ਜਾ ਕੇ ਉਸ ਬੰਦੇ ਨੇ ਦੇਣ ਕੀ ਆ ਕੀ ਆ ਉਹ ਬੰਦਾ ਮਹਾਰਾਜ ਬਾਰੇ ਉਹਨੂੰ ਪਤਾ ਨਹੀਂ ਬੋਲਣਾ ਕਿਦਾਂ ਇਸ ਤਰ੍ਹਾਂ ਦੇ ਬੰਦੇ ਹੀਰੋ ਬਣਾਉਂਦੇ ਆ ਉਹ ਸਿਰ ਫਿਰਿਆ ਹੋਇਆ ਬੰਦਾ ਜਿਹੜੇ ਨੂੰ ਕੋਈ ਨੂਹਾ ਪੁੱਤ ਜਿਹਨਾਂ ਨੂੰ ਪਾਣੀ ਦਾ ਗਲਾਸ ਨਹੀਂ ਪੁੱਛਦੇ ਜੁੱਤੀਆਂ ਮਾਰਦੇ ਇਹਨਾਂ ਦੇ ਤਾਂ ਇਹਨਾਂ ਨੂੰ ਘਰ ਕੋਈ ਪੁੱਛਦਾ ਨਹੀਂ ਕੁੱਤਾ ਨਹੀਂ ਪੁੱਛਦਾ ਇਹਨਾਂ ਨੂੰ ਪੋਤੇ ਢੋਣ ਨੂੰ ਆਪ ਰੱਖਿਆ ਹੁੰਦਾ ਸਕੂਲਾਂ ਤੋਂ ਇਹਨਾਂ ਨੂੰ ਪੱਠੇ ਵੱਢ ਕੇ ਲਿਆਓ ਪੋਤੇ ਪੋਤੀ ਸਕੂਲਾਂ ਛੱਡਿਓ ਲੈ ਆਓ ਤਾਂ ਜੀ ਉਹ ਉਹ ਭਾਸ਼ਾ ਲੈਂਦਾ ਫਿਰੰਦੇ ਆ ਬਲਕੌਰ ਤੋਂ ਤੇ ਖੈਰ ਆਪਾਂ ਇਸ ਪਾਸੇ ਦਿਨ ਹਾਲ ਜਾਣਾ ਨੇ ਅੱਜ ਦੀ ਵੀਡੀਓ 'ਚ ਇਹ ਗੱਲ ਤੇ ਅਕਲ ਨੂੰ ਹੱਥ ਮਾਰੋ ਸੋ ਸੰਤ ਜੀ ਮਹਾਰਾਜ ਦੀ ਛੜਦੀ ਕਲਾ ਹੀ ਹੋਣੀ ਜਿੰਨਾ ਮਰਜੀ ਤੁਸੀਂ ਦੋਰ ਲਾ ਲਓ ਜੋ ਮਰਜੀ ਕਰ ਲਓ ਤੁਹਾਡੇ ਲਈ ਜੁੱਤੀਆਂ ਬਣੀਆਂ ਆ ਤੇ ਸੰਤਾਂ ਲਈ ਜੈਜਕਾਰ ਬਣੀ ਬਸ ਇੰਨੀ ਗੱਲ ਆ ਅੰਤ ਦੀ ਤੁਹਾਨੂੰ ਵੀ ਪਤਾ ਹੈ ਤੁਸੀਂ ਖਾਈ ਜਾਓ ਤੇ ਸੰਤਾਂ ਦਾ ਜੈਜਕਾਰ ਹੋਈ ਜਾਣੀ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ